ਮੈਂ ਬੀ ਸੀ ਏ 6 ਦਾ ਸਟੂਡੈਂਟ ਹਾਂ। ਮੈਨੂੰ ਇੱਥੇ ਅਲੱਗ ਅਲੱਗ ਤਰ੍ਹਾਂ ਦੀ ਪੜ੍ਹਾਈ ਦੇ ਨਾਲ ਨਾਲ ਅਲੱਗ ਅਲੱਗ ਤਰ੍ਹਾਂ ਦੀਆਂ ਐਕਟੀਵਿਟੀਆਂ 'ਚ ਭਾਗ ਲਿੱਤਾ। ਇਸ ਕੋਲਜ ਦੀ ਪੜ੍ਹਾਈ ਸਾਰੇ ਕੋਲਜਾਂ ਨਾਲੋਂ ਜ਼ਿਆਦਾ ਵੱਧ ਕੇ ਆ, ਹਰ ਚੀਜ਼ ਹਟ ਕੇ ਕਰਾਈ ਜਾਂਦੀ ਹੈ। ਮੈਂ ਧੰਨਵਾਦ ਹਾਂ ਪ੍ਰੋਫੈਸਰ ਜਗਮੀਤ ਸਿੰਘ ਛਾਬੜਾ ਜੀ ਦਾ, ਅਤੇ ਮੈਂ ਚੇਚੇ ਤੌਰ 'ਤੇ ਧੰਨਵਾਦ ਕਰਦਾ ਪ੍ਰਿੰਸੀਪਲ ਜੀ ਦਾ, ਜਿਨ੍ਹਾਂ ਨੇ ਸਾਨੂੰ ਹਰ ਚੀਜ਼ ਲਈ ਮੋਟੀਵੇਟ ਕੀਤਾ। ਅੱਜ ਹਰ ਸਾਲ ਦੀ ਤਰ੍ਹਾਂ ਕੋਲਜ 'ਚ ਫੈਸ਼ਨ ਸ਼ੋ, ਡਾਂਸ ਅਤੇ ਡਾਂਸ ਹੋਰ ਤਰ੍ਹਾਂ ਦੀ ਕਈ ਐਕਟੀਵਿਟੀ ਕਰਾਈਆਂ ਗਈਆਂ ਹਨ, ਜਿਸ ਵਿੱਚ ਲਾਸਟ ਵਿੱਚ ਮਿਸਜ ਫਰੈਸ਼ਰ ਅਤੇ ਮਿਸਜ ਫਰੈਸ਼ਰ ਵੀ ਕੱਢਿਆ ਗਿਆ ਹੈ। ਆਈ ਐਮ ਹਰਪ੍ਰੀਤ ਫਰੋਮ GGNIMT ਕਾਲਜ। ਇਟ ਵਾਜ਼ ਐਨ ਗ੍ਰੇਟੈਸਟ ਐਕਸਪੀਰੀਅੰਸ ਇਨ ਮਾਈ ਹੋਲ ਲਾਈਫ ਦੈਟ ਦ ਸਟਾਫ ਦ ਆਲ ਦ ਟੀਚਰਸ ਐਂਡ ਸਟੂਡੈਂਟਸ ਆਰ ਸੋ ਕੋਆਪਰੇਟਿਵ, ਐਂਡ ਆਈ ਥਿੰਕ ਇਹ ਜਿਹੜਾ ਕਾਲਜ ਦਾ ਮੇਰਾ ਸਫ਼ਰ ਰਿਹਾ ਹੈ ਬੈਸਟ ਸੀਗਾ, ਬਿਕੋਜ਼ ਮੇਰੀ ਬਹੁਤ ਹੈਲਪ ਕੀਤੀ ਸਾਰੇ ਟੀਚਰਸ ਨੇ, ਐਂਡ ਬਹੁਤ ਸਾਰੀ ਐਕਟੀਵਿਟੀਜ਼ ਕਰਵਾਈ ਜਾਂਦੀਆਂ ਸੀ, ਲਾਈਕ ਕਮਿਊਨੀਕੇਸ਼ਨ ਸਕਿੱਲਸ ਕਿੱਦਾਂ ਹਾਈ ਕਰਨੇ ਆ, ਦੈਟ ਥਿੰਗ ਇਜ਼ ਵੈਰੀ ਇੰਪੋਰਟੈਂਟ ਇਨ ਐਵਰੀ ਵਨਸ ਲਾਈਫ। ਸੋ ਇਹ ਚੀਜ਼ ਮੈਂ ਇੱਥੋਂ ਸਿੱਖੀ ਆ, ਅਦਰਵਾਈਜ਼ ਆਈ ਐਮ ਨੋਟ ਈਵਨ ਏਬਲ ਟੂ ਸਪੀਕ ਅ ਵਨ ਵਰਡ। ਸੋ ਆਈ ਐਮ ਵੈਰੀ ਥੈਂਕਫੁਲ ਟੂ GGNIMT ਕਾਲਜ, ਥੈਂਕ ਯੂ ਸੋ ਮਚ। ਮੈਨੇ ਇਸ ਕਾਲਜ ਸੇ ਇਤਨਾ ਮੋਟੀਵੇਸ਼ਨ, ਇਤਨਾ ਕਲਚਰਿੰਗ, ਇਤਨਾ ਇਵੈਂਟਸ, ਇਤਨਾ ਮੀਨਸ ਕਹਿਣੇ ਕਾ ਮਤਲਬ ਇਹ ਹੈ ਕਿ ਮੈਨੇ ਯੇ ਜੋ ਮੈਂ ਆਪਕੇ ਸਾਹਮਣੇ ਇਸ ਟਾਈਮ ਖੜਾ ਹੂੰ, ਯੇ ਬਸ ਇਸ GGNIMT ਕਾਲਜ ਕੀ ਬਦੌਲਤ ਹੈ। ਮੈਨੇ ਯਹਾਂ ਸੇ BCA ਕੀ ਥੀ, ਮੈਨੇ 3 ਸਾਲ ਮੇਂ ਜੋ ਕੁਛ ਨਹੀਂ ਸਿੱਖਾ ਜੋ ਮੈਨੇ 2 ਸਾਲੋਂ ਮੇਂ ਸਿੱਖ ਲਿਆ, ਔਰ ਮੈਂ ਥੈਂਕਸ ਕਰਨਾ ਚਾਹੂੰਗਾ ਯਹਾਂ ਕੇ ਟੀਚਰਸ ਕਾ, ਜਿਨ੍ਹਾਂ ਮੇਰੇ ਕੋ ਹਰ ਇੱਕ ਕਦਮ ਸਪੋਰਟਸ ਕੀਆ, ਥੈਂਕ ਯੂ, ਲਵ ਯੂ। ਦਿਸ ਇਜ਼ ਅੰਕਿਤਾ, ਵੀ ਡੂਇੰਗ MBA 4th ਇਨ ਆਰ ਕਾਲਜ, ਦਿਸ ਇਜ਼ GGNIMT ਕਾਲਜ। ਹਮਾਰੀ ਜਰਨੀ ਇਸ ਕਾਲਜ ਮੇਂ ਬਹੁਤ ਅੱਛੀ ਰਹੀ ਹੈ, ਹਮਨੇ ਬਹੁਤ ਸਾਰੀ ਐਕਟੀਵਿਟੀਜ਼ ਕਾ ਐਕਸਪੋਜਰ ਮਿਲਾ ਹੈ, ਸਿਰਫ ਕਲਾਸ ਤੱਕ ਲਿਮਿਟਿਡ ਨਹੀਂ ਰਹੇ, ਬਟ ਹਮ ਲੋਕ ਹਮੇ ਹਰ ਚੀਜ਼ ਕਾ ਇੱਕ ਪ੍ਰੈਕਟੀਕਲ ਐਕਸਪੋਜਰ ਕਰਨੇ ਕਾ ਇੱਕ ਚਾਂਸ ਮਿਲਾ ਇਸ ਕਾਲਜ ਮੇਂ ਆ ਕੇ। ਇਹ ਕਾਲਜ ਨੇ ਹਮੇ ਵੋ ਸਿਖਾਇਆ ਹੈ ਜੋ ਪਿਛਲੇ ਕਾਲਜ ਨੇ ਹਮੇ ਨਹੀਂ ਸਿਖਾਇਆ, ਹਮਾਰੀ ਗਰੂਮਿੰਗ, ਹਮਾਰੀ ਐਜੂਕੇਸ਼ਨ ਯਹੀਂ ਸੇ ਹੋਈ ਹੈ, ਇਹ ਹਮਾਰੀ ਬਹੁਤ ਬਿਊਟੀਫੁਲ ਜਰਨੀ ਰਹੀ ਹੈ, ਜੋ MBA ਸੇ ਲੈ ਕੇ ਹਮਾਰੇ ਲਾਸਟ MBA ਤੱਕ ਕਾ ਸਫ਼ਰ ਹੈ, ਫਸਟ ਸਮੈਸਟਰ ਸੇ ਲੈ ਕੇ ਫੋਰਥ ਸਮੈਸਟਰ ਤੱਕ ਕਾ ਸਫ਼ਰ ਹੈ, ਬਹੁਤ ਹੀ ਬਿਊਟੀਫੁਲ ਸਫ਼ਰ ਆਇਆ ਹੈ। ਹਮ ਬਹੁਤ ਬਹੁਤ ਹੈਪੀ ਹੈ ਇਸ ਚੀਜ਼ ਕੇ ਲਈ, ਔਰ ਹਮ ਬਹੁਤ ਥੈਂਕਫੁਲ ਹੈ ਕਿ ਹਮੇ ਯੇ ਓਪਰਚੁਨਿਟੀ ਮਿਲੀ ਹੈ ਕਿ ਹਮ ਇਸ ਕਾਲਜ ਕਾ ਪਾਰਟ ਬਨੇ, ਔਰ ਹਮੇ ਇਤਨਾ ਕੁਛ ਸੀਖਨੇ ਕੋ ਮਿਲਾ ਹੈ, ਥੈਂਕ ਯੂ।